पत्तों की के एक इलाके में एसी ब्लास्ट होने से चार दोस्त इमरजेंसी अस्पताल पहुंच गए। ये सारा वाकया किस तरह पेश आया? एक किलोमीटर के फासले से धमाका सुनाया गया। जहेज सी लड़कियों की शादी सी, जहेज दस मान पिया सी, बच्चों को हमने निकाला इधर। अस्सलाम वालेकुम, उर्दू पॉइंट के साथ मैं हूँ आपका मेज़बान अली बादामी। नाज़रीन, मैं इस वक्त पत्तों की में यहाँ पर उस घर के सामने मौजूद हूँ जहाँ पर एसी ब्लास्ट हुआ। कितना नुकसान हुआ और अभी वो चार दोस्त थे, भाई थे, उनकी अभी क्या सिचुएशन और वो कहाँ पे हैं? मेरे साथ उनकी फैमिली मौजूद है, उनसे हम जानते हैं। अस्सलाम वालेकुम। वालेकुम अस्सलाम। क्या नाम है सर आपका? बशीर अहमद। आप बशीर साहब, आप मुझे ये बताइएगा कौन लोग थे आपके, क्या लगते थे और कितने लोग अंदर थे? एक तेजा सी, तीनों दोस्त से। ठीक है। ए सी चल रहा से, वो आन के बैठे ने। ठीक है। नुकसान हो गया तकरीबन 7-8 लाख का होगा नुकसान। दो जहेज सी लड़कियों की शादी सी, जहेज का समान पिया सी, इलेक्ट्रॉनिक चीजा पिया सी। ठीक है। और लैपटॉप है गए सी, ਘਰ ਦੇ ਮੋਬਾਈਲ ਸੀ, ਸਾਰੀਆਂ ਚੀਜ਼ਾਂ ਪਾ ਕੇ ਤਕਰੀਬਨ LCD ਸਾਰਾ ਪਾ ਕੇ ਦਰਵਾਜ਼ੇ ਜਿਹੜੇ ਇਤਨਾ ਨੁਕਸਾਨ ਹੋਇਆ ਹੈ। ਇਹ ਕਿਵੇਂ AC ਦਾ ਸਿਲੰਡਰ ਫਟਿਆ, ਡਾਇਰੈਕਟ AC ਫਟਿਆ, ਕੀ ਸਮਝੋ? ਬਾਹਰ ਨਹੀਂ, ਸਿਲੰਡਰ ਤੋਂ ਉੱਪਰ ਇੰਡੋਰ ਉੱਪਰ ਸੀ। ਸਮਝੋ ਬਾਹਰ ਕੋਈ ਸਮਝ ਨਹੀਂ ਆ ਰਿਹਾ ਕੀ ਵਜ੍ਹਾ ਬਣੀ। ਅੱਛਾ, ਬੱਚੇ ਦੀ ਹੁਣ ਤਬੀਅਤ ਕਿਸ ਤਰ੍ਹਾਂ ਹੈ, ਕਿਸ ਹਸਪੀਟਲ? ਉਹ ਜਿਨ੍ਹਾਂ ਹਸਪੀਟਲ 'ਚ ਨੇ, ਇੱਕ ICU ਵਾਰਡ 'ਚ, ਤਿੰਨ ਜਿਹੜੇ ਆਪਣੀ ਆਪਣੀ ਵਾਰਡਾਂ 'ਚ। ਠੀਕ ਹੈ। ਇੱਕ ਸੀਰੀਅਸ ਹਾਲਤ। ਜ਼ਿਆਦਾ ਨੁਕਸਾਨ ਜਾਨੀ ਤਾਂ ਨਹੀਂ ਹੋਇਆ, ਕਿਤਨਾ ਨੁਕਸਾਨ ਹੈ ਹੁਣ, ਉਹਨਾਂ ਦੀ ਕੀ ਸਿਚੁਏਸ਼ਨ? ਬਿਹਤਰ ਹੈ ਮਾਸ਼ਾਅੱਲਾ, ਅੱਗੇ ਨਾਲੋਂ ਠੀਕ ਹੈ, ਪਹਿਲੇ ਜ਼ਿਆਦਾ ਹੈ ਸੀ, ਇੱਕ ਦੀ ਹਾਲਤ ਜ਼ਿਆਦਾ ਖਰਾਬ ਹੈ। ਸਰ, ਅਸੀਂ ਦੇਖ ਰਹੇ ਹਾਂ ਕਿ ਡਾਇਰੈਕਟ ਦਰਵਾਜ਼ੇ ਵੀ ਸਾਰੇ ਉਖੜੇ ਹੋਏ ਨੇ, ਸਾਹਮਣੇ ਵੀ ਉਹ ਨਜ਼ਰ ਆ ਰਹੀ ਦੀਵਾਰ। ਇਤਨਾ ਜ਼ਿਆਦਾ ਬਲਾਸਟ ਹੋਇਆ, ਉਹਦਾ ਕੋਈ ਪਤਾ ਨਹੀਂ ਲੱਗਿਆ? ਤਕਰੀਬਨ 1 ਕਿਲੋਮੀਟਰ ਦੇ ਫਾਸਲੇ 'ਚ ਇਹ ਧਮਾਕਾ ਸੁਣਿਆ ਗਿਆ। ਯਾਨੀ ਇੰਨਾ? ਹਾਂਜੀ, ਇੰਨਾ ਬਹੁਤ ਜ਼ਿਆਦਾ ਸੀ। ਅੱਛਾ, ਫੈਮਿਲੀ ਹੋਰ ਨਹੀਂ ਹੈਗੀ ਸੀ ਘਰ? ਫੈਮਿਲੀਆਂ ਹੈ ਸੀ, ਲੇਕਿਨ ਉੱਪਰ ਸੀ ਮਰਦ, ਨੀਚੇ ਹਿੱਸੇ ਨੂੰ ਨੁਕਸਾਨ ਹੋਇਆ, ਸਾਰੀਆਂ ਦੀਵਾਰਾਂ ਗਿਰ ਗਈਆਂ। ਠੀਕ ਹੈ। ਬਹੁਤ ਜ਼ਿਆਦਾ। ਕਿੰਨੇ AC ਘਰ ਵਿੱਚ ਲੱਗੇ ਹੋਏ ਨੇ? ਦੋ ਲੱਗ। ਦੋਨੋਂ ਬਲਾਸਟ ਹੋਏ ਨਹੀਂ, ਇੱਕ ਬਲਾਸਟ ਹੋਇਆ? ਇੱਕ ਇਸ ਦੇ ਨਾਲ, ਬਾਕੀ ਇਲੈਕਟ੍ਰੋਨਿਕ ਚੀਜ਼ਾਂ, ਲੈਪਟਾਪ ਵਗੈਰਾ ਵੀ? ਹਾਂਜੀ, ਉਹ ਹਰ ਚੀਜ਼ ਸੜ ਗਈ ਸੀ, ਹਰ ਚੀਜ਼ ਸੜ ਗਈ। ਅੱਛਾ, ਮੈਨੂੰ ਇਹ ਬਤਾਈਏਗਾ, ਜਦ ਇਹ ਬਲਾਸਟ ਹੋਇਆ ਤਬ ਆਪ ਘਰ ਤੇ? ਮੈਂ ਨਮਾਜ਼ ਪੜ੍ਹ ਰਹਾ ਥਾ, ਧਮਾਕਾ ਬਹੁਤ ਜ਼ਿਆਦਾ ਆਵਾਜ਼ ਸੀ, ਬਹੁਤ ਦੂਰ ਤੱਕ ਤਕਰੀਬਨ ਆਵਾਜ਼ ਗਈ ਹੈ ਇਸਦੀ। ਠੀਕ ਹੈ। ਤੋ ਅੰਦਰ ਜੋ ਹੈ ਨਾ, ਉਹ AC ਵੀ ਚੱਲ ਰਿਹਾ ਥਾ, LCD ਵਗੈਰਾ ਲੱਗੀ ਹੋਈ ਸੀ, ਲੇਕਿਨ ਇਹ ਕਨਫਰਮ ਨਹੀਂ ਹੈ AC ਬਲਾਸਟ ਹੋਇਆ ਹੈ ਜਾਂ ਕੋਈ ਕਿਆ ਮਸਲਾ ਬਣਾ, ਕਿਸੇ ਕੋ ਪਤਾ ਨਹੀਂ। ਜੋ ਬੱਚੇ ਯਹਾਂ ਪੇ ਹਸਪੀਟਲ ਹੈ, ਵੋ ਅਭੀ ਹੋਸ਼ ਮੇ ਆ ਗਏ, ਉਹਨਾਂ ਨੇ ਕੁਛ ਬਤਾਇਆ ਆਪਕੋ ਕਿਸ ਤਰ੍ਹਾਂ ਹੋਇਆ ਸਾਰਾ? ਵੋ ਅਭੀ ਨਾ ਸਹੀ ਬਤਾ ਨਹੀਂ ਰਹੇ, ਅਭੀ ਤਬੀਅਤ ਰੋ ਨਾ ਸੀਰੀਅਸ ਹੈ। ਅੱਛਾ, ਘਰ ਕੀ ਹਾਲਤ ਦੇਖ ਕੇ ਕਿਆ ਆਪਕੋ ਲੱਗਤਾ ਹੈ? ਆਪਨੇ ਬਾਅਦ ਮੇ ਚੈੱਕ ਤੋ ਕੀਆ ਹੋਗਾ, ਕਿਆ ਸਿਚੁਏਸ਼ਨ? ਚੈੱਕ ਕੀਆ, ਇਹ ਦਰਵਾਜ਼ੇ ਹੈ ਨਾ, ਇਹ ਇਧਰ ਸੇ ਗਏ ਆ, ਉਧਰ ਸਾਹਮਣੇ ਲਗੇ ਆ, ਉਧਰ ਸੇ ਫਿਰ ਇਹ ਜਿਹੇ ਗਿਰੇ ਆ, ਉਹ ਦੇਖੋ ਦਰਵਾਜ਼ੇ। ਠੀਕ ਹੈ। ਇਤਨਾ ਜ਼ਬਰਦਸਤ ਪਿਛਲੀ ਦੀਵਾਰ ਹੈ, ਉਹ ਪਿੱਛੇ ਚਲੀ ਗਈ ਹੈ ਦੀਵਾਰ, ਪਿਛਲੀ ਜੋ ਹੈ। ਠੀਕ ਹੈ। ਉਹ ਦੀਵਾਰ, ਯਾਨੀ ਪ੍ਰੈਸ਼ਰ ਸੇ ਦੀਵਾਰ ਵੀ ਗਿਰ ਗਈ ਹੈ, ਦਰਵਾਜ਼ੇ ਵੀ ਗਿਰ ਗਏ ਹੈ, ਦਰਵਾਜ਼ੇ ਵੀ ਟੁੱਟ ਗਏ, ਇਹ ਸਾਹਮਣੇ ਲਗੇ ਆ, ਲੇਕਿਨ ਇਹ ਪਤਾ ਨਹੀਂ ਹੈ ਇਹ ਹੋਆ ਗਿਆ, ਕਿਸੇ ਕੋ ਵੀ ਨਹੀਂ ਪਤਾ। ਅੱਛਾ, ਅਹਲੇ ਮੁਹੱਲਾ ਉਸ ਵਕਤ ਯਹਾਂ ਪੇ ਆਇਆ, ਟਾਈਮ ਪੇ, ਵਕਤ ਪੇ ਦੇਖਿਆ, ਔਰ ਉਨ ਕੋ ਕਿਨ ਬੱਚੋਂ ਕੋ ਕਿਸ ਹੋ ਰਹੀ ਥੀ, ਬੱਚੋਂ ਕੋ ਹਮਨੇ ਨਿਕਾਲਾ ਇਧਰ ਸੇ? ਯਾਨੀ ਘਰ ਮੇ ਵੀ ਆਗ ਲੱਗੀ ਥੀ? ਯਾ ਬਹੁਤ ਜ਼ਿਆਦਾ ਸ਼ੋਲੇ ਸੇ ਆਗ ਤੇ, ਪਿੱਛੇ ਸੇ ਵੀ, ਆਗੇ ਸੇ ਵੀ, ਕੁ ਜਲਦੀ ਸੇ ਜੋ ਮਹੱਲੇਦਾਰ ਸਭੀ ਸਭੀ ਨੇ ਜਿਸ ਤਰ੍ਹਾਂ ਬੱਚੋਂ ਕੋ ਉਠਾਇਆ, ਬੜੋਂ ਕੋ ਉਠਾ ਕੇ ਯੇ ਸਾਥ ਮੇਰੇ ਘਰ ਮੇ ਸਭੀ ਕੋ ਲੈ ਕੇ ਚਲੇ ਗਏ। ਜੀ ਨਾਜ਼ਰੀਨ, ਯੇ ਉਨਕੀ ਫੈਮਿਲੀ ਔਰ ਉਨਕੇ ਪੜੋਸੀ ਜੋ ਮੌਜੂਦ ਥੇ ਉਸ ਵਕਤ ਘਰ ਮੇ, नीचे वाले पोर्शन पे जहाँ पर AC ब्लास्ट हुआ है, उस वक्त वही तीन चार दोस्त ही अंदर थे। अभी वो हॉस्पिटल में, जना हॉस्पिटल लाहौर में एडमिट है, अभी उनको होश नहीं आया, जैसे ही वो आएंगे उनको टोटली चीज़ें पता है, लेकिन इनका जानी नुकसान अभी तक नहीं हुआ और फाइनेंशली काफ़ी नुकसान हुआ है। और इसी के साथ अपने मेज़बान अली बदामी को इजाज़त दीजिएगा, अल्लाह निगेबान।